ਦੇ ਵਿੱਚ ਕਰੋਨਾ ਨੇ ਇਸ ਕਦਰ ਆਪਣੇ ਪੈਰ ਪਸਾਰੇ ਨੇ, ਆਪਣੀਆਂ ਜੜ੍ਹਾਂ ਇਸ ਕਦਰ ਮਜ਼ਬੂਤ ਕੀਤੀਆਂ ਨੇ ਕਿ ਹੁਣ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਕਈ ਕੀਮਤੀ ਜਾਨਾਂ ਮੌਤ ਦੇ ਅਗੋਸ਼ ਦੇ ਵਿੱਚ ਜਾ ਰਹੀਆਂ ਨੇ। ਚਾਹੇ ਉਹ ਸਿੱਖ ਇਤਿਹਾਸ ਹੋਵੇ, ਫਿਲਮ ਇਤਿਹਾਸ ਹੋਵੇ ਜਾਂ ਫਿਰ ਕੋਈ ਵੀ ਸਿਆਸੀ ਲੀਡਰ ਹੋਵੇ, ਵੱਡੀਆਂ ਵੱਡੀਆਂ ਉੱਚ ਸ਼ਖਸੀਅਤਾਂ ਕਰੋਨਾ ਦੀ ਚਪੇਟ ਦੇ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਈਆਂ ਨੇ। ਹੁਣ ਅਗਲੀ ਵੱਡੀ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਦੇਹਾਂਤ ਹੋ ਗਿਆ। ਜੀ ਹਾਂ, ਵਿਸ਼ਵ ਦੇ ਵਿੱਚ ਫੈਲੀ ਹੋਈ ਕਰੋਨਾ ਮਹਾਮਾਰੀ ਦੇ ਕਾਰਨ ਹੀ ਜਗਨਨਾਥ ਪਹਾੜੀਆ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ। ਕਾਬਲ ਜ਼ਿਕਰ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਸੀ, ਜਿਸ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਟਵੀਟ ਵਿੱਚ ਲਿਖਿਆ ਕਿ ਪਹਾੜੀਆ ਸਾਡੇ ਵਿੱਚੋਂ ਕਰੋਨਾ ਦੀ ਵਜ੍ਹਾ ਨਾਲ ਚਲੇ ਗਏ ਨੇ। ਉਹਨਾਂ ਦੇ ਦੇਹਾਂਤ ਨਾਲ ਉਹ ਬੇਹੱਦ ਡੂੰਘੀ ਸੱਟ ਵੱਜੀ ਹੈ ਅਤੇ ਰੱਬ ਤੋਂ ਅਰਦਾਸ ਕਰ ਰਹੇ ਨੇ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਅਤੇ ਪਹਾੜੀਆ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸਾਬਕਾ ਮੁੱਖ ਮੰਤਰੀ ਪਹਾੜੀਆ ਨੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਵੀ, ਰਾਜਪਾਲ ਦੇ ਰੂਪ ਅਤੇ ਕੇਂਦਰੀ ਮੰਤਰੀ ਦੇ ਰੂਪ ਵਿੱਚ ਵੀ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਸੀ। ਉਹਨਾਂ ਦਾ ਨਾਮ ਦੇਸ਼ ਦੇ ਸੀਨੀਅਰ ਨੇਤਾਵਾਂ ਦੇ ਵਿੱਚ ਆਉਂਦਾ ਹੈ ਅਤੇ ਉਹਨਾਂ ਦੇ ਦੇਹਾਂਤ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਸਾਲ ਤੋਂ ਕਰੋਨਾ ਲਗਾਤਾਰ ਆਪਣਾ ਅਜਿਹਾ ਕਹਿਰ ਬਰਸਾ ਰਿਹਾ ਅਤੇ ਉਸ ਦੀ ਦੂਸਰੀ ਲਹਿਰ ਨੇ ਤਾਂ ਹੱਦ ਹੀ ਕਰ ਦਿੱਤੀ। ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਅਤੇ ਦਿਨ ਦੇ ਵਿੱਚ ਕਦੇ ਕੋਈ ਧਾਰਮਿਕ ਹਸਤੀ ਹੋਵੇ, ਫਿਲਮ ਜਗਤ ਨਾਲ ਜੁੜੀ ਹਸਤੀ ਹੋਵੇ ਜਾਂ ਫਿਰ ਰਾਜਨੀਤਿਕ ਜਗਤ ਨਾਲ ਜੁੜੀ ਕੋਈ ਮਹਾਨ ਹਸਤੀ ਹੋਵੇ, ਉਹ ਇਸ ਫਾਨੀ ਸੰਸਾਰ ਨੂੰ ਕਰੋਨਾ ਦੇ ਕਾਰਨ ਅਲਵਿਦਾ ਆਖ ਰਹੀ ਹੈ। ਸੋ ਸਾਡੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਕਰੋਨਾ ਤੋਂ ਬਚਾਅ ਕੀਤਾ ਜਾਵੇ, ਆਪਣਾ ਖਿਆਲ ਰੱਖਿਆ ਜਾਵੇ, ਆਪਣੇ ਪਰਿਵਾਰ ਦਾ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਹੀ ਇਸ ਕਰੋਨਾ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ ਅਤੇ ਤਾਂ ਹੀ ਸਾਡਾ ਦੇਸ਼, ਸਾਡਾ ਮੁਲਕ ਸੁਰੱਖਿਅਤ ਹੋ ਸਕਦਾ ਹੈ।